ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ ਮੈਂ ਗਗਨਦੀਪ ਸਿੰਘ ਤੁਹਾਡਾ ਆਪਣਾ ਪੰਜਾਬੀ ਮੈਂਟਰ ਐਡ ਪੰਜਾਬ ਵੱਡਾ 247 ਦੇ ਉੱਤੇ ਠੀਕ ਹੈ ਜੀ ਜੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗੁਰਮਤਿ ਕਾਵ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਮੋਢੀ ਮੰਨਿਆ ਜਾਂਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਜਿਹੜੀ ਇਹ ਕਾਵਤਾਰਾ ਹੋਂਦ ਵਿੱਚ ਆਉਂਦੀ ਹੈ ਠੀਕ ਹੈ ਜੀ ਔਰ ਗੁਰਮਤਿ ਕਾਵ ਦੇ ਵਿੱਚ ਆਪਾਂ ਗੁਰੂ ਸਾਹਿਬ ਤਾਂ ਪੜਾਂਗੇ ਗੁਰੂ ਸਹਬਾਨਾ ਬਾਰੇ ਪੜਾਂਗੇ ਗੁਰੂ ਸਾਹਿਬ ਦੀਆਂ ਰਚਨਾਵਾਂ ਬਾਰੇ ਪੜਾਂਗੇ ਸਮੁੱਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਰਚਨਾ ਹੈ ਉਹਦੇ ਬਾਰੇ ਪੜਾਂਗੇ ਤੇ ਹੋਰ ਵੀ ਇਹ ਇਹਦੇ ਵਿੱਚ ਜੋ ਵੀ ਆਪਣਾ ਇਤਿਹਾਸ ਹੈ ਉਹਦੇ ਬਾਰੇ ਵੀ ਆਪਾਂ ਚੰਨਣਾ ਪਾਵਾਂਗੇ ਪਹਿਲਾ ਮੈਂ 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 ਤੁਹਾਨੂੰ ਸਮਝਾਉਣਾ ਚਾਹੁੰਦਾ ਕਿ ਗੁਰਮਿਤ ਕਾਵ ਦਾ ਇਤਿਹਾਸ ਕੀ ਹੈ ਕਿਉਂਕਿ ਜਦੋਂ ਕੋਈ ਚੀਜ਼ ਆਪਾਂ ਸ਼ੁਰੂ ਕਰਨੀ ਹੋਏ ਨਾ ਉਹਦੇ ਬਾਰੇ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੁੰਦਾ ਆ ਤੇ ਆਪਾਂ ਜੇ ਗੱਲ ਕਰਾਂ ਮੈਂ ਗੁਰਮਿਤ ਕਾਵ ਦੀ ਤਾਂ ਗੁਰਮਿਤ ਕਾਵ ਜਿਹੜਾ ਆਦਿਕਾਲ ਉਹ ਟਾਈਮ ਪੀਰੀਅਡ ਨਾ ਉਹ ਸਾਹਿਤ ਇਤਿਹਾਸਕਰੀ ਮੈਂ ਇੱਕ ਲੈਕਚਰ ਲਵਾਂਗਾ ਉੱਚ ਮੈਂ ਦੱਸੂਗਾ ਕਿ ਸਾਹਿਤ ਇਤਿਹਾਸਕਰੀ ਕਿਵੇਂ ਹੋਈ ਸੀਗੀ ਤੇ ਕਿਵੇਂ ਸਾਡੇ ਜਿਹੜੇ ਮਹਾਨ ਚਿੰਤਕ ਸੀਗੇ ਉਹਨਾਂ ਨੇ ਸਾਹਿਤ ਨੂੰ ਵੰਡਿਆ ਸੀ ਆਦਿਕਾਲ ਮੱਧਕਾਲ ਹਣਾ ਤੇ ਵੱਡ ਆਕਾਰੀ ਰਚਨਾ ਮਦਕਲਿਨ ਭਾਰਦੀ ਉਹਨਾਂ ਪ੍ਰਮੁੱਖ ਆਤਾਰਾਂ ਵਿੱਚੋਂ ਹੈ ਜਿਨ੍ਹਾਂ ਦਾ ਸਾਹਿਤ ਤੋਂ ਇਲਾਵਾ ਧਰਮ ਨਾਲ ਵੀ ਡੂੰਗਾ ਸੰਬੰਧ ਹੈ ਸੋ ਸਾਹਿਤ ਇਹ ਹੈ ਹੀ ਹੈ ਬਾਕੀ ਇਹਦਾ ਜਿਹੜਾ ਸੰਬੰਧ ਹੈ ਬੱਚੋ ਧਰਮ ਦੇ ਨਾਲ ਵੀ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਧਰਮ ਜੀ ਇਹ ਡੈਫੀਨੇਸ਼ਨ ਆਪਾਂ ਕਰੀਏ ਕਿ ਧਰਮ ਦਾ ਮਤਲਬ ਕੀ ਹੁੰਦਾ ਹੈ ਉਹ ਚੀਜ਼ ਸਾਨੂੰ ਕਿਸੇ ਕਾਇਦੇ ਕਾਨੂੰਨ ਦੇ ਵਿੱਚ ਰਹਿਣਾ ਸਿਖਾਉਂਦੀ ਹੋਵੇ ਕਿਸੇ ਸਮਾਜ ਦੇ ਵਿੱਚ ਵਿਚਰਨਾ ਸਿਖਾਉਂਦੀ ਹੋਵੇ ਜੋ ਸਾਡੇ ਆਪਣੇ ਬਾਰੇ ਗੱਲ ਕਰਦੀ ਹੈ ਠੀਕ ਹੈ ਜੀ ਧਰਮ ਦੀ ਕੋਈ ਇੱਕ ਡੈਫੀਨੇਸ਼ਨ ਜੇ ਮੈਂ ਤੁਹਾਨੂੰ ਕਹਾ ਕਿ ਦੋ ਲਫ਼ਜ਼ਾਂ 'ਚ ਮੈਂ ਕੱਢ ਕੇ ਦੇ ਦਾਂ ਉਹ じゃ ਕੋਈ ਚੱਕਰ ਨਹੀਂ ਹੈ ਧਰਮ ਸਭ ਤੋਂ ਪਹਿਲਾਂ ਹੈ ਕਿ ਧਰਮ ਆਪਣੇ ਆਪ ਦੇ ਵਿੱਚ ਇਹਨੂੰ ਦੱਸਣਾ ਹੀ ਬੜਾ ਹੈ ਮੁਸ਼ਕਿਲ ਕਾਰਜ ਹੈ ਠੀਕ ਹੈ ਜੀ ਤੇ ਇਹਦੀ ਵਿਆਖਿਆ ਵਿਸ਼ਲੇਸ਼ਣ ਕਰਨਾ ਤਾਂ ਗਾਂਹ ਦੀ ਚੀਜ਼ ਹੈ ਨਾ ਬਸ ਧਰਮ ਇੱਕ ਕਾਨੂੰਨ ਇੱਕ ਵਿਸ਼ਵਾਸ ਹੈ ਠੀਕ ਹੈ ਜੀ ਆਪਾਂ ਇਦਾਂ ਕਹਿ ਸਕਦੇ ਹਾਂ ਸੋ ਮੈਂ ਮੀਨ ਜਿਹੜਾ ਚੀਜ਼ ਤੁਹਾਨੂੰ ਅੱਜ ਦੱਸਣੀ ਆ ਪਹਿਲੀ ਗੱਲ ਤੇ ਆਪਾਂ ਇੱਕ ਮੈਂ ਤੁਹਾਨੂੰ ਨਾ ਚਾਰਟ ਬਣਾ ਕੇ ਦੇ ਰਿਹਾ ਉਹਨੂੰ ਬੱਚੇ ਇੱਕ ਵਾਰੀ ਸਕਰੀਨਸ਼ਾਟ ਜਾਂ ਜਿੱਦਾਂ ਮਰਜ਼ੀ ਕਰਕੇ ਉਹਨੂੰ ਜ਼ਰੂਰ ਫੋਲੋ ਕਰ ਲਿਓ ਉਹ ਤੁਹਾਨੂੰ ਇਹ ਕਿ ਇੱਕ ਵਾਰੀ ਤੁਹਾਡਾ ਕਨਸੈਪਟ ਸਾਰਾ ਕਲੀਅਰ ਹੋ ਜਾਊਗਾ ਕਿ ਗੁਰਮਤਕਾਫ ਚੈਕਚੁਟ ਹੁੰਦਾ ਕੀ ਹੈ ਠੀਕ ਹੈ ਜੀ ਜੇ ਗੱਲ ਕਰਾ ਗੁਰਮਤਕਾਫ ਦੀ ਗੁਰਮਤਕਾਫਤਾਰ ਠੀਕ ਹੈ ਜੀ ਗੁਰਮੁਖਤਾ ਕਾਫਤਾਰ ਦੀ ਗੱਲ ਕਰੀਏ ਟਾਈਮ ਪੀਰੀਅਡ ਵੀ ਮੈਂ ਇੱਥੇ ਦੱਸਣਾ ਚਾਹੂੰਗਾ 1469 ਤੋਂ 1708 ਠੀਕ ਹੈ ਜੀ ਸਭ ਤੋਂ ਪਹਿਲਾਂ ਆਪਣੇ ਕੋ ਆ ਜੂਗਾ ਇਹਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀਕਾਰ ਠੀਕ ਹੈ ਜੀ ਬਾਣੀਕਾਰ ਆ ਜਾਣੇ ਆਪਣੇ ਸਾਰੇ ਇਹ ਚ ਗੁਰੂ ਸਾਹਿਬਾਨ ਆ ਜਾਣੇ ਕਿ ਸਾਰੇ ਆ ਜਾਣੇ ਦੂਜਾ ਆ ਗਿਆ ਇਹਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਕੋਲ ਗੁਰੂ ਸਹਿਬਾਨ ਦੂਸਰਾ ਆਪਣੇ ਕੋ ਆ ਜਾਣੇ ਇਹਦੇ ਵਿੱਚ ਭਗਤ ਬਾਣੀਕਾਰ ਔਰ ਤੀਜੇ ਨਾਲ ਦੀ ਨਾਲ ਕਿਹੜੇ ਆ ਜਾਣੇ ਸਾਡੇ ਕੋ ਪਟ ਫਿਰ ਨਾਲ ਦੀ ਨਾਲ ਆਪਣੇ ਕੋ ਆ ਜਾਣੇ ਗੁਰਸਿੱਖ ਠੀਕ ਹੈ ਜੀ ਅੱਗੇ ਫਿਰ ਹੈਗਾ ਗੁਰੂ ਗ੍ਰੰਥ ਤੋਂ ਬਾਹਰਲੇ ਬਾਣੀ ਕਰ। ਅਗਰ ਕਿਸੇ ਦਾ ਕੋਈ ਕੁਐਸਚਨ ਹੈ ਤਾਂ ਮੈਨੂੰ ਪੁੱਛ ਸਕਦਾ ਹੈ ਉਹਦੇ ਵਿੱਚ ਨਾਲ ਦੀ ਨਾਲ ਠੀਕ ਹੈ ਜੀ। ਬਾਕੀ ਮੈਂ ਕਿਤਾਬ ਤਾਂ ਤੁਹਾਨੂੰ ਕਿਹਾ ਸੀਗਾ ਕਿ ਕਿਤਾਬ ਜਿਹੜੀ ਸੀਗੀ ਫਾਲੋ ਕਰ ਲਓ। ਜਿਹੜੀ ਮੋਸਟਲੀ ਮੈਂ ਤੁਹਾਨੂੰ ਪੜਾਉਣ ਲੱਗਿਆ ਫੋਲੋ ਕਰਦਾ ਐਮਏ ਦੇ ਵਿੱਚ ਲੱਗੀ ਹੁੰਦੀ ਹੈ ਇਹ ਹਾਂ ਨੈਟਵਰਕ ਇਸ਼ੂ ਹੋ ਸਕਦੇ ਬੱਚੋ ਅੱਗੇ ਹੈਗਾ ਮਹੱਤਵਪੂਰਨ ਕਿਤਾਬਾਂ ਪਹਿਲਾਂ ਗੱਲ ਕਰ ਲਈਏ ਮਹੱਤਵਪੂਰਨ ਕਿਤਾਬਾਂ ਗੁਰਮਤਕਾ ਸਾਭ ਨਾਲ ਸੰਬੰਧ ਜਿਹੜੀਆਂ ਮਹੱਤਵਪੂਰਨ ਕਿਤਾਬਾਂ ਉਹਨਾਂ ਦੀ ਗੱਲ ਕਰ ਲਈਏ ਆਪਾਂ ਸਭ ਤੋਂ ਪਹਿਲੀ ਮਹੱਤਵਪੂਰਨ ਕਿਤਾਬ ਹੈਗੀ ਸਾਡੇ ਕੋਲ ਅਰਜਿੰਦਰ ਦੀ ਪੀਟੀ ਦੀ ਭਰਤੀ ਵੀ ਛੇਤੀ ਨਿਕਲ ਆਉਣੀ ਹੈ ਕੋਈ ਨਾ ਬਹੁਤ ਜਲਦੀ ਆਰਨੀ ਪੀਟੀ ਦੀ ਭਰਤੀ ਠੀਕ ਹੈ ਮਹੱਤਵਪੂਰਨ ਕਿਤਾਬਾਂ ਸਭ ਤੋਂ ਪਹਿਲਾਂ ਆ ਗਿਆ ਹੈ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਇਤਿਹਾਸ ਗੁਰੂ ਕਰੰਤ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਇਤਿਹਾਸ ਸਾਹਿਤਕ ਇਤਿਹਾਸ ਇਹ ਕਿਨੇ ਲਿਖੀ ਹੈ ਜੀ ਡਾਕਟਰ ਤਾਰਨ ਸਿੰਘ ਨੇ ਲਿਖੀ ਹੈ ਜੀ ਤਾਰਨ ਸਿੰਘ ਦੂਜੀ ਕਿਤਾਬ ਦੀ ਜੇ ਮੈਂ ਗੱਲ ਕਰਾਂ ਤੁਹਾਡੇ ਨਾਲ ਕਿ ਸਿੱਖ ਇਨਕਲਾਬ ਦਾ ਮੋਦੀ ਬਹੁਤ ਇੰਪੋਰਟੈਂਟ ਕਿਤਾਬ ਹੈ ਜੀ ਇਹ ਸਿੱਖ ਇਨਕਲਾਬ ਦਾ ਮੋਦੀ ਬਹੁਤ ਇੰਪੋਰਟੈਂਟ ਕਿਤਾਬ ਹੈ ਜੀ ਇਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਗੁਰੂ ਨਾਨਕ ਇਹ ਕਿਤਾਬ ਜ਼ਰੂਰ ਯਾਦ ਰੱਖਿਓ ਹੋਰ ਤਾਂ ਕੋਈ ਰੱਖ ਨਹੀਂ ਸਕਦਾ ਕਿਸ਼ਨ ਸਿੰਘ ਜੀ ਦੀ ਹੈ ਕਿਸ਼ਨ ਸਿੰਘ ਜੀ ਅੱਗੇ ਆ ਜਾਂਦੀ ਸਾਡੇ ਕੋਲ ਤੀਜੀ ਕਿਤਾਬ ਕਿਹੜੀ ਹੈ ਪ੍ਰਾ ਗੁਰਮਤ ਵਿਚਾਰ ਗੁਰਮਤ ਵਿਚਾਰ ਇਹ ਕਿਹਦੀ ਕਿਤਾਬ ਹੈ ਸਾਡੇ ਕੋਲ ਦੀਵਾਨ ਸਿੰਘ ਜੀ ਦੀ ਕਿਤਾਬ ਹੈ ਜੀ ਜੀ ਨੋਟ ਡਾਊਨ ਨਾਲ ਦੀ ਨਾਲ ਕਰੀ ਜਾਓ ਕਿਸੇ ਨੇ ਨਹੀਂ ਦੱਸਣੀਆਂ ਇਹਨੀਆਂ ਕਿਤਾਬਾਂ ਤੁਹਾਨੂੰ ਜਿਹੜੀਆਂ ਮੈਂ ਕਰਵਾਈ ਜਾ ਰਿਹਾ ਇੱਕ ਹੈਗਾ ਹੈ ਪ੍ਰਾਚੀਨ ਬੀੜਾਂ ਬਾਰੇ प्राचीन बीड़ा यह कि जी बी सिंह सब तो इंपोर्टेंट श्री गुरु ग्रंथ गुरु ग्रंथ संकेत कोश ਇੱਕ ਏ ਤੇ ਇੱਕ ਹੈਗਾ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਕੋਸ਼ ਕੋਸ਼ ਇਹ ਜਿੱਦ ਆਪਣੀ ਕਾਪੀ ਤੇ ਵੀ ਨਾਲ ਦੀ ਨਾਲ ਨੋਟ ਕਰਿਆ ਕਰੋ ਬੱਚਿਓ ਕਿਉਂਕਿ ਫਿਰ ਪੜ੍ਹਨ ਦਾ ਮਜ਼ਾ ਇਦਾਂ ਤੁਸੀਂ ਮੇਰੀ ਵੀਡੀਓ ਵੇਖਦੇ ਨਾਲ ਦੀ ਨਾਲ ਕਾਪੀ ਪੈਨ ਫੜਿਆ ਕਰੋ ਤਾਂ ਹੀ ਮੈਂ ਵੀ ਲਿਖਣਾ ਸ਼ੁਰੂ ਕੀਤਾ ਤਾਂ ਜੋ ਆਪਾਂ ਵਧੀਆ ਟਾਂਕ ਨਾਲ ਥੋੜਾ ਕਰ ਪਈਏ ਬਲੈਕ ਆਈ ਥਿੰਕ ਕਲਰ ਵਧੀਆ ਰਹੂਗਾ ਨਾ ਇੱਥੇ ਗੁਰੂ ਗ੍ਰੰਥ ਸਾਹਿਬ ਸੰਕੇਤ ਕੋਸ਼ ਹੈਗੀ ਹੈ ਜੀ ਪਿਆਰਾ ਸਿੰਘ ਪਦਮ ਦੀ ਪਿਆਰਾ ਸਿੰਘ ਪਦਮ ਤੇ ਅਗਲਾ ਜਿਹੜਾ ਸ੍ਰੀ ਗੁਰੂ ਗ੍ਰੰਥ ਕੋਸ਼ ਹੈ ਸ੍ਰੀ ਗੁਰੂ ਗ੍ਰੰਥ ਕੋਸ਼ ਇਹ ਹੈਗਾ ਭਾਈ ਵੀਰ ਸਿੰਘ ਜੀ ਭਾਈ ਵੀਰ ਸਿੰਘ ਜੀ ਔਰ ਸਤਵਾਂ ਹੈਗਾ ਲਾਸਟ ਜਿਹੜਾ ਸਾਡੇ ਕੋਲ ਮੈਕਰਵੌਨ ਜਿਹੜਾ ਸ੍ਰੀ ਗੁਰੂ ਗ੍ਰੰਥ ਵਿਸ਼ਵ ਕੋਸ਼ ਗੁਰੂ ਗ੍ਰੰਥ ਵਿਸ਼ਵ ਕੋਸ਼ ਆ ਦੇਖੋ ਤਿੰਨ ਕੋਸ਼ ਆ ਇਹਦੇ ਵਿੱਚੋਂ ਇੱਕ ਤੁਹਾਨੂੰ ਜ਼ਰੂਰ ਪੱਕਾ ਆਉਣਾ ਹੀ ਆਉਣਾ ਇੱਕ ਤੇ ਤੁਹਾਨੂੰ ਪੇਪਰ ਚ ਆਊਗਾ ਮੇਰੇ ਕੋ ਲਕੀਰ ਹੈ ਮੈਂ ਕਹਿੰਦਾ ਕਿ ਚਿੱਟੇ ਕਾਗਜ਼ ਤੇ ਡਾਕਟਰ ਰਤਨ ਸਿੰਘ ਜੱਗੀ ਠੀਕ ਹੈ ਜੀ ਬੱਚੇ ਸਮਝ ਲੱਗ ਰਹੀ ਐ ਇੱਕ ਵਾਰੀ ਮੈਨੂੰ ਨਾਲ ਦੀ ਨਾਲ ਦੱਸੀ ਵੀ ਜਾਓ ਸਮਝ ਲੱਗ ਰਹੀ ਐ ਆ ਮਹੱਤਵਪੂਰਨ ਕਿਤਾਬਾਂ 'ਚ ਯਾਦ ਕਰ ਲਓ ਇਹਦੇ ਵਿੱਚ ਜਿਹੜੀ ਇੰਪੋਰਟੈਂਟ ਸਭ ਤੋਂ ਇੰਪੋਰਟੈਂਟ ਆਇਆ ਜੀ ਸਿੱਖ ਇਨਕਲਾਬ ਦਾ ਮੋਢੀ ਗੁਰੂ ਨਾਨਕ ਕਿਸ਼ਨ ਸਿੰਘ ਦੀ ਹੈ ਬਾਕੀ ਪ੍ਰਾਚੀਨ ਬੀੜਾ ਤੇ ਆ ਤਿੰਨੇ ਯਾਦ ਕਰ ਲਓ ਇਹ 'ਚੋਂ ਇੱਕ ਪੱਕੀ ਆਉਂਦੀ ਹੁੰਦੀ ਜੇ ਭਾਵੇਂ ਜੂਰੀ ਸੀ ਨੈਟ ਦੀ ਗੱਲ ਹੋਏ ਭਾਵੇਂ ਮਾਸਟਰ ਕੈਟਰ ਦੀ ਗੱਲ ਹੋਏ ਠੀਕ ਹੈ ਜੀ ਚਲੋ ਜੀ ਅੱਗੇ ਚੱਲਦੇ ਆਪਾਂ ਗੁਰਮਤ ਕਾਵ ਇਤਿਹਾਸ ਗੁਰਮਤ ਕਾਵ ਦੀ ਇਤਿਹਾਸ ਦੀ ਗੱਲ ਕਰੀਏ ਤਾਂ ਸਾਡੇ ਤੋਂ ਸਭ ਤੋਂ ਮੋਸਟ ਇੰਪੋਰਟੈਂਟ ਗੱਲ ਹੁੰਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਠੀਕ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਪਾਂ ਉਹਨਾਂ ਬਾਰੇ ਕਿ ਉਹ ਉਹਨਾਂ ਨੂੰ ਆਪਾਂ ਮੋਢੀ ਮੰਨਦੇ ਆ ਨਾ ਉਹਨਾਂ ਨੂੰ ਆਪਾਂ ਮੋਢੀ ਮੰਨਦੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤਾਂ ਉਹਨਾਂ ਨੇ ਕੀ ਕੀਤਾ ਸੀਗਾ ਜੇ ਆਪਾਂ ਇਤਿਹਾਸਿਕ ਪਰਿਪੇਖ ਦੀ ਗੱਲ ਕਰਦੇ ਆ ਨਾ ਬੱਚੇ ਨੈਟਵਰਕ ਇਸ਼ੂ ਕਰਕੇ ਹੋ ਸਕਦਾ ਆਦਰਵਾਇਸ ਕੋਈ ਪ੍ਰੋਬਲਮ ਨਹੀਂ ਹੈ ਤੋ ਡਾਇਲੋਗ ਦੀ ਪ੍ਰੋਬਲਮ ਆ ਰਹੀ ਹੈ ਤਾਂ ਮੈਨੂੰ ਦੱਸ ਸਕਦਾ ਹਾਂ ਜੀਬੀ ਸਿੰਘ ਦਾ ਪੂਰਾ ਨਾਮ ਬੱਚੇ ਨੈਟਵਰਕ ਇਸ਼ੂ ਸਹੀ ਹੈ ਇੱਕ ਵਾਰੀ ਆਵਾਜ਼ ਕਲੀਅਰ ਆ ਰਹੀ ਹੈ ਹਲੋ ਇੱਕ ਮਿੰਟ ਬੱਚੇ ਇੱਕ ਮਿੰਟ ਹਾਂਜੀ ਚਲ ਚਲੀਏ ਜੀ ਅੱਗੇ ਚਲ ਜੀ ਇੱਕ ਵਾਰੀ ਬੱਚੇ ਸੈਸ਼ਨ ਨੂੰ ਨਾਲ ਦੇ ਨਾਲ ਸ਼ੇਅਰ ਵੀ ਕਰ ਦਿਓ ਸੈਸ਼ਨ ਨੂੰ ਨਾਲ ਦੇ ਨਾਲ ਸ਼ੇਅਰ ਵੀ ਕਰ ਦਿਓ ਬੱਚੇ ਠੀਕ ਹੈ ਜੀ ਚਲੋ ਜੀ ਕੀ ਕਹਿ ਰਹੇ ਹੋ ਅੱਛਾ ਸ਼ੋਅ ਕਿਉਂ ਨਹੀਂ ਹੁੰਦੀ ਕਲਾਸ ਦਾ ਕਲਾਸ ਦਾ ਟਾਈਮਿੰਗ ਦੇਖ ਲਓ ਤੁਸੀਂ ਇੱਕ ਵਾਰੀ ਬੱਚੇ ਟਾਈਮਿੰਗ ਹੈਗੀ 6 ਤੋਂ 7 ਤੇ 7 ਤੋਂ 8 ਹਾਂ ਜੀ ਵੀ ਸਿੰਘ ਗੁਰਬਖਸ਼ ਸਿੰਘ ਜੀ ਠੀਕ ਹੈ ਜੀ ਗੁਰਬਖਸ਼ ਸਿੰਘ ਦੀ ਜੀਬੀ ਸਿੰਘ ਦਾ ਮਤਲਬ ਗੁਰਬਖਸ਼ ਸਿੰਘ ਸੀਗਾ ਸਰਬਜੀਤ ਕੌਰ ਜੀ ਆਪਾਂ ਅੱਗੇ ਚੱਲਦੇ ਹਾਂ ਤੇ ਅੱਗੇ ਆਪਾਂ ਪੜ੍ਹਦੇ ਹਾਂ ਗੁਰਮਤਿ ਕਾਵ ਦਾ ਇੱਕ ਵਾਰੀ ਇਤਿਹਾਸ ਪੜ੍ਹਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਪੜ੍ਹਦੇ ਹਾਂ ਪਹਿਲਾਂ ਕਿ ਗੁਰੂ ਨਾਨਕ ਦੇਵ ਜੀ ਦੀ ਆਪਾਂ ਪਹਿਲਾਂ ਜੇਕਰ ਗੁਰਮਤਿ ਕਾਵ ਦੇ ਇਤਿਹਾਸ ਪੜ੍ਹਨਾ ਹੈ ਨਾ ਤਾਂ ਸਾਨੂੰ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਟਾਈਮ ਪੀਰੀਅਡ ਆ ਉਸ ਟਾਈਮ ਦੇ ਵਿੱਚ ਜਾ ਕੇ ਥੋੜਾ ਉਥੋਂ ਦਾ ਮਾਹੌਲ ਦੇਖਣਾ ਪਊਗਾ ਠੀਕ ਹੈ ਜੀ ਕਿ ਉਹਨਾਂ ਨੂੰ ਕਿਉਂ ਲੋੜ ਪਈ ਕਿ ਉਹ ਇੱਕ ਗੁਰਮਤਿ ਸਾਹਿਤ ਨੂੰ ਜਿਹੜਾ ਹੈ ਉਚਾ ਰਚਨਾ ਉਹਦੀ ਕਰ ਸਕਣ ਕਿਉਂ ਇਹ ਜਿ ਜਿਹੜੇ ਗ੍ਰੰਥ ਆ ਜਾਂ ਫਿਰ ਰਚਨਾਵਾਂ ਸਾਡੇ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਐਕਸਪੀਰੀਅੰਸ ਹੀ ਉਹਨਾਂ ਦਾ ਅਨੁਭਵ ਸੀਗਾ ਸਭ ਤੋਂ ਪਹਿਲੀ ਗੱਲ ਜਿਹੜੀ ਆਉਂਦੀ ਹੈ ਮੈਂ ਰੈਫਰੈਂਸ ਆਪਣਾ ਦੇਣਾ ਚਾਹੁੰਦਾ ਹਾਂ ਕਿ ਮੈਂ ਡਾਕਟਰ ਰਜਿੰਦਰ ਸਿੰਘ ਸੇਖੋ ਨੂੰ ਫਾਲੋ ਕਰ ਰਿਹਾ ਹਾਂ ਡਾਕਟਰ ਰਜਿੰਦਰ ਸਿੰਘ ਰਜਿੰਦਰ ਸਿੰਘ ਸੇਖੋ ਦਾ ਜਿਹੜਾ ਨਵੀਨ ਸਿੰਘ ਸੇਖੋਂ ਦਾ ਜਿਹੜੀ ਕਿਤਾਬ ਹੈਗੀ ਹੈ ਉਹਨੂੰ ਫਾਲੋ ਕਰ ਰਿਹਾ ਹਾਂ ਮੇਰਾ ਰੈਫਰੈਂਸ ਇਹ ਹੈ ਠੀਕ ਹੈ ਜੀ ਅਗਰ ਕੋਈ ਮੈਥੋਂ ਸੰਤੁਸ਼ਟ ਨਹੀਂ ਹੈ ਕਿ ਨਹੀਂ ਸਰ ਤੁਸੀਂ ਆ ਕਰ ਰਹੇ ਹੋ ਤਾਂ ਉਹ ਇਹਨੂੰ ਫਾਲੋ ਕਰ ਸਕਦਾ ਹੈ ਠੀਕ ਹੈ ਜੀ ਚਲੋ ਜੀ ਚੱਲੀ ਆਪਾਂ ਕਿਉਂਕਿ ਨੈਸ਼ਨਲ মিডিਆ ਤੇ ਮੈਂ ਪੜਾ ਰਿਹਾ ਹਾਂ ਤਾਂ ਮੈਨੂੰ ਆਪਣੇ ਸੋਰਸ ਦੱਸਣਾ ਹੀ ਹੋਊਗਾ ਕਿ ਮੈਂ ਕਿਹੜੇ ਕਿਦੇ ਬੇਸਿਸ ਤੇ ਪੜਾ ਰਿਹਾ ਹਾਂ ਹਨਾ ਤੋਂ ਡਾਕਟਰ ਰਜਿੰਦਰ ਸਿੰਘ ਦੀ ਸੇਖੋਂ ਦੀ ਕਿਤਾਬ ਹੈਗੀ ਆ ਨਵੀਨ ਸਾਹਿਤ ਤੇ ਆਧ ਕਾਲ ਤੋਂ ਲੈ ਕੇ ਆਧੁਨਿਕ ਕਾਲ ਤੱਕ ਦਾ ਜਿੰਨਾ ਇਤਿਹਾਸ ਸਾਰਾ ਕਿਤਾਬ ਦੇ ਵਿੱਚ ਮੌਜੂਦ ਆ ਉੱਥੋਂ ਤੁਹਾਨੂੰ ਫੋਲੋ ਕਰਕੇ ਹੋਰ ਵੀ ਮੇਰੇ ਜਿਹੜੇ ਪਰਸਨਲ ਨੋਟਸ ਆ ਉਹਨਾਂ ਤੋਂ ਮੈਂ ਕਰਵਾ ਰਿਹਾ ਤੁਹਾਨੂੰ ਠੀਕ ਹੈ ਜੀ ਹਾਂ ਜੇ ਗੱਲ ਕਰਦੇ ਆ ਪਹਿਲੀ ਗੱਲ ਤੇ ਜੇ ਮੈਂ ਗੱਲ ਕਰਾਂ ਤੇ ਸਭ ਤੋਂ ਪਹਿਲਾਂ ਸਿੱਧ ਆ ਜਾਂਦੇ ਨੇ ਸਾਡੇ ਕੋਲ ਠੀਕ ਹੈ ਜੀ ਸਿੱਧ ਆ ਜਾਂਦੇ ਨੇ ਫਿਰ ਇਸਲਾਮ ਇਸਲਾਮ ਆ ਜਾਂਦਾ ਹੈ ਠੀਕ ਹੈ ਸਿੱਧ ਦੇ ਨਾਲ ਇਸਲਾਮ ਆ ਗਿਆ ਸਾਡੇ ਕੋਲ ਫਿਰ ਬ੍ਰਹਮਵਾਦ ਆ ਗਿਆ ਬ੍ਰਹਮਵਾਦ ਆ ਗਿਆ ਬ੍ਰਹਮਵਾਦ ਆ ਗਿਆ ਇਸਲਾਮ ਆ ਗਿਆ ਬ੍ਰਹਮਵਾਦ ਹੋ ਗਿਆ ਸਾਡੇ ਕੋਲ ਤੇ ਨਾਲ ਦੀ ਨਾਲ ਤੀਸਰਾ ਜਿਹੜਾ ਹੋ ਗਿਆ ਸੋ ਚੌਥਾ ਹੋ ਗਿਆ ਭਗਤੀ ਮਾਰਗ ਸੋ ਸਭ ਤੋਂ ਪਹਿਲਾਂ ਸਿੱਧਾਂ ਦੀ ਜੇ ਮੈਂ ਆਪ ਗੱਲ ਕਰੀਏ ਤਾਂ ਸਿੱਧ ਦਾ ਜਿਹੜਾ ਪ੍ਰਭਾਵ ਸੀ ਗੁਰੂ ਨਾਨਕ ਸਾਹਿਬ ਤੇ ਇਸ ਤਰੀਕੇ ਨਾਲ ਸੀਗਾ ਕਿ ਉਹਨਾਂ ਨੇ ਕਿਹਾ ਸੀਗਾ ਸਿੱਧ ਕਹਿੰਦੇ ਸੀ ਕਿ ਸਾਨੂੰ ਜੰਗਲ ਦੇ ਵਿੱਚ ਜਾ ਕੇ ਪ੍ਰਮਾਤਮਾ ਦੀ ਪ੍ਰਾਪਤੀ ਹੋਊਗੀ ਠੀਕ ਹੈ ਜੀ ਅਸੀਂ ਕੀ ਕਰ ਕਹਿੰਦੇ ਆ ਕਿ ਜੇ ਸਿੱਧੀਆਂ ਰਿਧੀਆਂ ਸਿੱਧੀਆਂ ਪ੍ਰਾਪਤ ਕਰਨੀਆਂ ਨੇ ਤਾਂ ਤੁਹਾਨੂੰ ਤਪ ਕਰਨਾ ਪੈਗਾ ਪਰ ਸਿੱਧ ਗੱਲ ਤੇ ਉਹ ਇਹ ਕਰਦੇ ਸੀਗੇ ਪਰ ਇਹਦੇ ਨਾਲ ਕੀ ਸੀਗਾ ਕਿ ਸਮਾਜਿਕ ਜੀਵਨ ਖਤਰੇ 'ਚ ਪੈਂਦਾ ਸੀਗਾ ਹੁਣ ਸਿੱਧ ਜਿਹੜੇ ਮੇਲ ਤਾਂ ਉਹ ਤਾਂ ਕਰ ਸਕਦੇ ਜੰਗਲਾਂ 'ਚ ਜਾ ਕੇ ਆਪਣੇ ਆਪ ਨੂੰ ਤਪ ਕਰ ਲਿਆ ਤੇ ਉਹ ਆਪਣੇ ਪ੍ਰਮਾਤਮਾ ਦਾ ਧਿਆਨ ਧਾਰ ਲਿਆ ਪਰ ਔਰਤਾਂ ਦੇ ਲਈ ਮੁਸ਼ਕਲ ਸੀਗਾ ਔਰ ਇਹਦੇ ਵਿੱਚ ਸਮਾਜ ਖਤਰਜ ਕਿਉਂ ਸੀਗਾ ਕਿ ਉਹ ਜਿਹੜਾ ਹੈ ਆਪਣਾ ਜਿਹੜਾ ਗ੍ਰੈਸਤੀ ਜੀਵਨ ਨੂੰ ਨਹੀਂ ਸੀ ਮੰਨਦੇ ਹਨ ਤਾਂ ਸਿੱਧ ਜਿਹੜੇ ਸੀਗੇ ਆਪਾਂ ਇਹ ਨਹੀਂ ਕਹ ਆਪਾਂ ਇਹ ਕਹਿ ਸਕਦੇ ਹਾਂ ਕਿ ਪ੍ਰੋਪਰ ਵੇ ਦੇ ਨਾਲ ਨਹੀਂ ਸੀ ਚੱਲਦੇ ਸਿਰਫ ਇੱਕ ਪਾਸੇ ਚੱਲਦੇ ਸੀਗੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਜੰਗਲਾਂ 'ਚ ਜਾ ਕੇ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ ਤੇ ਉਹਨਾਂ ਨੇ ਜ਼ਿਆਦਾ ਅਧਿਆਤਮਕਵਾਦ ਤੇ ਜ਼ੋਰ ਤੇ ਬਾਤ ਦੇ ਉਹਨਾਂ ਨੂੰ ਉਹ ਜ਼ਿਆਦਾ ਉੱਪਰ ਜ਼ੋਰ ਦਿੱਤਾ ਤੇ ਪਰ ਮਿਲਦਾ ਹੈ ਕਿ ਜਿਹੜਾ ਸਿੱਧ ਸਿੱਧਾਂ ਦਾ ਜਿਹੜਾ ਕਨਸੈਪਟ ਆ ਉਹਨਾਂ ਦਾ ਜਿਹੜੀ ਵਿਚਾਰਧਾਰਾ ਹੈ ਲੇਡੀਜ਼ ਲਈ ਓਕੀ ਹੈ ਮੈਨੂੰ ਨਹੀਂ ਲੱਗਦਾ ਕਿ ਆਪਾਂ ਇਤਿਹਾਸ ਦੇ ਵਿੱਚ ਕਦੀ ਇਹ ਪੜਿਆ ਹੋਊਗਾ ਕਿ ਕੋਈ ਸਿੱਧ ਕੀ ਕੀਤਾ ਕਿ ਇਹਨਾਂ ਦਾ ਸਿੱਧ ਗੋਸ਼ਟ ਜਿਹੜੀ ਹੈ ਸਿੱਧਾਂ ਨਾਲ ਜਿਹੜੀ ਇਹਨਾਂ ਦੀ ਵਾਰਤ ਲਵ ਹੋਈ ਓ ਉਹਦੇ ਵਿੱਚ ਵੀ ਆਪਾਂ ਇਹ ਚੀਜ਼ਾਂ ਦੇਖ ਸਕਦੇ ਹਾਂ ਕਿ ਜਿਹੜਾ ਸਿੱਧਾਂ ਦਾ ਕਨਸੈਪਟ ਸੀ ਉਹ ਦਵੰਦਮਾਤਮਕ ਸੀ ਗੁਰੂ ਨਾਨਕ ਸਾਹਿਬ ਦੇ ਦਵੰਦ ਹੋਏ ਸੀ ਤੋਂ ਕਿਤਨਾ ਕਿਤੇ ਉਹਦੇ ਵਿੱਚ ਸਾਨੂੰ ਰਾਈਟਿੰਗਸ ਵੀ ਆਉਂਦੀਆਂ ਉਹਨਾਂ ਦੀ ਐਕਸਪੀਰੀਅੰਸ ਵੀ ਸਾਡੇ ਨਾਲ ਆਉਂਦੇ ਨੇ ਸੋ ਮੈਂ ਪ੍ਰਭਾਵ ਦੀ ਗੱਲ ਕਰਾਂ ਕਿ ਗੁਰੂ ਨਾਨਕ ਸਾਹਿਬ ਇਹਨਾਂ ਦੇ ਵਿੱਚੋਂ ਨਿਕਲੇ ਹੋਏ ਸੀ ਇਹਨਾਂ ਨਾਲ ਇੰਟਰੈਕਟ ਕੀਤਾ ਹੋ ਤੋ ਉਹਨਾਂ ਦੇ ਜਦੋਂ ਇੰਟਰੈਕਟ ਦੇ ਵਿੱਚੋਂ ਸਿੱਟੇ ਨਿਕਲਦੇ ਸੀ ਉਹੀ ਇੱਕ ਗੁਰਮਤ ਸਾਹਿਬ ਤੇ ਨਵੀਂ ਰਚਨਾਵਾਂ ਤੇ ਨਵੇਂ ਵਿਚਾਰਧਾਰਾ ਨੂੰ ਜਨਮ ਦਿੰਦਾ ਹੈ ਸੋ ਇਹ ਜਿਹੜੀਆਂ ਰਚਨਾਵਾਂ ਵੱਖ-ਵੱਖ ਧਰਮ ਉਸ ਟਾਈਮ ਦੇ ਜਿਹੜੇ ਧਰਮ ਸੀ ਸਿੱਧ ਇ슬람 ਬ੍ਰਹਮਵਾਦ ਤੇ ਭਗਤੀ ਭਗਤੀ ਤੇ ਆਣ ਕੇ ਟਿਕ ਜਾਂਦੇ ਸੀ ਭਾਵੇਂ ਸਰਗੁਣ ਤੇ ਨਰਗੁਣ ਦਾ ਉਹ ਕਨਸੈਪਟ ਅੱਗੇ ਚੱਲ ਜਾਂਦਾ ਉਹ ਆਪਾਂ ਅੱਗੇ ਜਾ ਕੇ ਪੜਾਂਗੇ ਸੋ ਇਹ ਮੇਨ ਠੀਕਾ ਬਾਕੀ ਜੇ ਆਪਾਂ ਇਸਲਾਮ ਦੀ ਗੱਲ ਕਰੀਏ ਤਾਂ ਇਸਲਾਮ ਕੀ ਕਹਿੰਦਾ ਸੀਗਾ ਇਸਲਾਮ ਸਾਨੂੰ ਅਲੱਗ ਤਰੀਕੇ ਦਾ ਇੱਕ ਮਾਹੌਲ ਜਾਂ ਫਿਰ ਅਲੱਗ ਤਰੀਕੇ ਦੀ ਵਿਚਾਰਧਾਰਾ ਇਸ ਕਰਕੇ ਦਿੰਦਾ ਸੀਗਾ ਕਿਉਂਕਿ ਇਹਦੇ ਵਿੱਚ ਉਹ ਆਪਣਾ ਜਿਹੜਾ ਕੁਰਾਨ ਨੂੰ ਮੇਨ ਮੰਨਦੇ ਸੀਗੇ ਉਹਦੀ ਉਹਦੀ ਆਈਚ ਧਾਰਮਿਕ ਤੇ ਅਧਿਆਤਮਿਕ ਵਿਚਾਰ ਜਿਹੜੇ ਪ੍ਰਭਾਵਿਤ ਸੀ ਉਹਨਾਂ ਵਿੱਚ ਦੋਨਾਂ ਦਾ ਸੰਮੇਲ ਸੀ ਧਾਰਮਿਕ ਤੇ ਅਧਿਆਤਮਿਕ ਦੋ ਚੀਜ਼ਾਂ ਦਾ ਜਿਹੜਾ ਇਹਦੇ ਵਿੱਚ ਸੰਮੇਲ ਸੀਗਾ ਇਸਲਾਮ ਦੇ ਵਿੱਚ ਬਰਾਦ ਦੇ ਵਿੱਚ ਜਿਹੜੇ ਕਰਮ ਕਾਟ ਸੀਗੇ ਇਹ ਬਹੁਤ ਸੀਗੇ ਤੇ ਗੁਰੂ ਸਾਹਿਬ ਨੇ ਕਰਮ ਕਾਟਣ ਦਾ ਜਿਹੜਾ ਖੰਡਨ ਕੀਤਾ ਸੀਗਾ ਤਾਂ ਹੀ ਉਹ ਆਰਤੀ ਹੋਵੇ ਹਨਾ ਤੇ ਉਹਦੇ ਵਿੱਚ ਜਿਹੜਾ ਹਾਉਮੈ ਦੀ ਗੋਸਲੀ ਜੋ ਆਪਾਂ ਗੁਰਮਤਕ ਕਾਵ ਆਪਾਂ ਕਹਿੰਦੇ ਆ ਤੇ ਭਗਤੀ ਕਾਵ ਦੇ ਵਿੱਚੋਂ ਹੀ ਨਿਕਲਿਆ ਹੋਇਆ ਹੈ ਮੈਂ ਨਾ ਆਪਾਂ ਇਹ ਮੰਨਦੇ ਆ ਕਿਉਂਕਿ ਗੁਰੂ ਸਾਹਿਬਾਨ ਵੀ ਕਿਤਨਾ ਕਿਤੇ ਨਿਰਗੁਣ ਤੇ ਸਰਗੁਣ ਭਾਵੇਂ ਇੱਕ ਓੰਕਾਰ ਉਹ ਹੀ ਕਹਿ ਦਿੰਦੇ ਆ ਕਿ ਜਿਹੜਾ ਪਰਮਾਤਮਾ ਹੈ ਸਾਰੇ ਥਾਂ ਸਮਾਇਆ ਹੋਇਆ ਹੈ ਨਾ ਇੱਕ ਓੰਕਾਰ ਮਤਲਬ ਉਸ ਜਗ ਦਾ ਪਾਲਣਹਾਰ ਇੱਕ ਤਾਂ ਇੱਕ ਹੀ ਹੈ ਸਾਰਿਆਂ ਦੇ ਵਿੱਚ ਬਸ ਉਹਦੇ ਅਲੱਗ-ਅਲੱਗ ਨਾਮ ਹੈ ਠੀਕ ਹੈ ਜੀ ਸੋ ਮੇਨ ਜਿਹੜਾ ਆਪਾਂ ਜੇ ਗੱਲ ਕਰਦੇ ਹਾਂ ਚਲੋ ਸਿੱਧਾ ਇਸਲਾਮ ਬਰਮਵਾਦ ਇਹਨਾਂ ਨੇ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਸਾਹਿਬ ਨੇ ਡਾਇਲੌਗ ਕਰ ਲਏ ਪਰ ਮੋਸਟਲੀ ਜੇ ਗੱਲ ਕਰੇ ਮੋਲਡ ਕਰ ਬਾਕੀ ਕਬੀਰ ਸਾਹਿਬ ਦੀ ਅਸੀਂ ਗੱਲ ਕਰੀਏ ਇਹਦੇ ਵਿੱਚ ਹੋਰ ਵੀ ਜਿਹਨੇ ਭਗਤੀ ਸਾਹਿਬ ਨੂੰ ਬਾਕੀ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ ਨਾ ਜਿਹੜੇ ਭਗਤੀ ਸਾਹਿਬ ਤਾਂ ਆਪਣੇ ਕੋਲ ਇਹ ਦੋ ਦੋ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਨਾ ਹਾਂ ਕਿ ਭਗਤੀ ਸਾਹਿਬ ਸਾਡੇ ਕੋ ਆ ਗਿਆ ਇਦੇ ਵਿੱਚ ਇੱਕ ਹੁੰਦਾ ਹੈ ਨਿਰਗੁਣ ਸਰੂਪ ਤੇ ਦੂਜਾ ਹੈਗਾ ਹੈ ਨਿਰਗੁਣ ਹੋ ਗਿਆ ਤੇ ਦੂਜਾ ਆਪਣੇ ਕੋ ਆ ਜਾਂਦਾ ਹੈ ਸਰਗੁਣ ਨਿਰਗੁਣ ਭਗਤੀ ਸਾਹਿਤ ਤੇ ਸਰਗੁਣ ਭਗਤੀ ਸਾਹਿਤ ਸਰਗੁਣ ਠੀਕ ਹੈ ਜੀ ਇਹ ਤੁਹਾਨੂੰ ਕਲੀਅਰ ਹੋਣਾ ਚਾਹ ਗੱਲ ਕਰੀਏ ਗੁਰਮਤਿ ਸਾਹਿਬ ਦੀ ਤਾਂ ਗੁਰਮਤਿ ਸਾਹਿਬ ਜਿਹੜਾ ਹੈ ਮੱਧਕਾਲ ਲੇਨ ਦਾ ਸਭ ਤੋਂ ਮੱਧਕਾਲ ਸਾਹਿਤ ਜਿਹੜਾ ਹੈ ਮੱਧਕਾਲ ਸਾਹਿਬ ਦਾ ਪ੍ਰਮੁੱਖ ਸਾਹਿਤ ਹੈ ਠੀਕ ਹੈ ਜੀ ਪ੍ਰਮੁੱਖ ਸਾਹਿਤ ਹੈ ਠੀਕ ਹੈ ਜੀ ਔਰ ਇਹਦੀ ਸਿਰਜਣਾ 12ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਰਹਿੰਦੀ ਹੈ ਠੀਕ ਹੈ ਜੀ ਆ ਚੀਜ਼ ਨੂੰ ਲੈ ਕੇ ਚੱਲਿਓ 12ਵੀਂ ਤੋਂ ਲੈ ਕੇ 18 12ਵੀਂ ਸਦੀ ਦੇ ਅੰਤ ਵਿੱਚ ਜੈਦੇਵ ਤੇ ਸੂਫੀ ਕਵੀ ਜਿਹੜੇ ਸ਼ੇਖ ਫਰੀਦ ਦੀ ਰਚਨਾ ਵੀ ਜਿਹੜੀ ਹੈ ਆਪਾਂ ਇਹਦੇ ਵਿੱਚ ਆਦ ਗ੍ਰੰਥ ਸਾਹਿਬ ਦੇ ਵਿੱਚ ਮਿਲਾ ਦਿੰਨੇ ਆ ਠੀਕ ਹੈ ਜੀ ਬਾਕੀ ਇਸ ਤੋਂ ਇਲਾਵਾ ਸਾਡੇ ਕੋਲ ਭਗਤ ਨੇ ਸੰਤ ਨੇ ਸੂਫੀ ਨੇ ਜਿਨ੍ਹਾਂ ਦੀ ਬਾਣੀ ਜਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਣੀ ਮੰਨ ਲਈ ਹੈ ਇਹਦੇ ਵਿੱਚ ਜਿਹੜੀ ਦਰਜ ਕੀਤੀ ਗਈ ਹੈ ਠੀਕ ਹੈ ਜੀ ਬਾਤ ਪਾ ਮੇਨ ਕਨਸੈਪਟ ਦੇਖੀ ਨਾ ਕਿ ਗੁਰਮਤਿ ਕਾਪ ਦੇ ਵਿੱਚ ਕੀ ਹੈ ਇਹਦੇ ਵਿੱਚ ਮਨੁੱਖ ਅਤੇ ਬ੍ਰਹਮ ਬਾਰੇ ਜਿਹੜਾ ਗੱਲਬਾਤ ਕੀਤੀ ਗਈ ਹੈ ਮੇਨਲੀ ਹੈ ਨਾ ਜਿਹੜਾ ਸਮਾਜ ਦਾ ਦ੍ਰਿਸ਼ਟੀਕੋਣ ਹੈ ਉਹ ਉਹਨੂੰ ਦੱਸਿਆ ਗਿਆ ਹੈ ਜਿਹੜਾ ਆਪਣਾ ਕੀ ਕਹਿੰਦੇ ਆ ਕਿ ਅਧਿਆਤਮਕਵਾਦ ਹੈ ਰਹਾਸਵਾਦ ਹੈ ਉਹਨੂੰ ਉਜਾਗਰ ਕੀਤਾ ਗਿਆ ਹੈ ਮੇਨ ਜਿਹੜੀ ਗੁਰਮਤਿ ਜਿਹੜੇ ਤਤ ਨੇ ਨਾ ਗੁਰਮਤਿ ਜੀਵਨ ਦੇ ਉਹ ਕਿਹੜੇ ਹੈ ਕਿ ਨਾ ਰਹਾਸਵਾਦ ਤੇ ਨੈਤਿਕਤਾਵਾਦ ਹੈ ਨਾ ਉਹਦੇ ਉੱਤੇ ਹੀ ਜਿਹੜੀ ਸਾਰਾ ਜਿਹੜਾ ਗੱਲ ਕਰਾਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਤਾਂ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਆਦ ਗ੍ਰੰਥ ਦੀ ਗੱਲ ਕਰਨੀ ਹੈ ਤੁਹਾਡੇ ਨਾਲ ਕਿ ਆਦ ਗ੍ਰੰਥ ਬਾਰੇ ਗੱਲ ਕਰਾਂਗੇ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਗੱਲ ਆ ਜਾਂਦੀ ਹੈ ਗੁਰੂ ਨਾਨਕ ਸਾਹਿਬ ਦੀ ਰਚਨਾਵਾਂ ਬਹੁਤ ਇੰਪੋਰਟੈਂਟ ਨੇ ਗੁਰਮੈ ਸਾਹਿਬ ਦੇ ਤਾਂ ਮੇਨ ਕੁਐਸਚਨ ਜਿਹੜਾ ਬਣਦਾ ਹੈ ਇਹਦੇ ਵਿੱਚ ਸਿਰਫ ਇਹੀ ਬਣੂਗਾ ਕਿ ਗੁਰਮਤਿ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜਿਵੇਂ ਗੱਲ ਕਰਾਂ ਤਾਂ ਉਹਨਾਂ ਦੀ ਕੀ ਦੇਣ ਸੀਗੀ ਜਾਂ ਫਿਰ ਉਹਨਾਂ ਤੋਂ ਜੇ ਆਪਾਂ ਕਹਿੰਨੇ ਹਾਂ ਕਿ ਉਹਨਾਂ ਤੋਂ ਸਟਾਰਟਿੰਗ ਹੋਈ ਹੈ ਤੇ ਮੇਨਲੀ ਆਪਾਂ ਨੂੰ ਕੀ ਪੁੱਛਿਆ ਜਾ ਸਕਦਾ ਇਹਦੇ ਵਿੱਚੋਂ ਪੁੱਛਿਆ ਜਾ ਸਕਦਾ ਹੈ ਸਰਗੁਨ ਦਾ ਮਤਲਬ ਸੀਗਾ ਇੱਥੇ ਸਰਗੁਨ ਦਾ ਮਤਲਬ ਸੀਗਾ ਆ ਮਤਲਬ ਇਹ ਵੀ ਛੋਟੇ ਕੁਐਸਚਨ ਚ ਪੁੱਛੇ ਜਾ ਸਕਦੇ ਆ ਸਰਗੁਨ ਦਾ ਮਤਲਬ ਹੋ ਗਿਆ ਇੱਥੇ ਬੱਚਿਓ ਅਵਤਾਰਵਾਦ ਅਵਤਾਰਵਾਦ ਦਾ ਆ ਦੋ ਚੀਜ਼ਾਂ ਯਾਦ ਰੱਖਿਓ ਬਾਕੀ ਜੇ ਗੁਰੂ ਨਾਨਕ ਸਾਹਿਬ ਦੀ ਆਪਾਂ ਕਰੀਏ ਤੇ ਇਹਦੇ ਵਿੱਚ ਆਦ ਗ੍ਰੰਥ ਬਾਣੀ ਹੈਗੀ ਆ 300 ਸ਼ਬਦ ਠੀਕ ਹੈ ਜੀ 349 ਸ਼ਬਦ ਬੈ ਰਾਗ ਰਾਗਾਂ ਦੇ ਵਿੱਚ ਹੈਗੀ ਹੈ ਇਹ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ 349 ਸ਼ਬਦ ਪਗਤ ਬਾਣੀ ਦੇ ਠੀਕ ਹੈ ਜੀ ਜੇ ਆਪਾਂ ਗੱਲ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਠੀਕ ਹੈ ਜੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ श्री ग्रंथ साहब जी सौ इक्की अष्टपदियाँ चौबीस संत एक सौ सोलह पौड़ियाँ दो सौ सठ शलोक ठीक है जी ते पांच अलहूनिया ਆ ਨੋਟ ਵੀ ਕਰ ਲੋ ਭਾਵੇਂ ਸਲਾ ਹੁਣੀ ਹੈ ਕੁੱਲ ਸ਼ਬਦ ਹੈਗੇ ਇਹਨਾਂ ਦੇ 258 ਠੀਕ ਹੈ ਜੀ 190 ਸ਼ਬਦ ਪਦ 252 ਠੀਕ ਹੈ ਜੀ ਆ ਮੇਨ ਗਿਣਤੀ ਯਾਦ ਰੱਖਿਓ ਇਹਦੇ ਵਿੱਚ ਕੁਐਸਚਨ ਜਿਹੜੇ ਪੁੱਛੇ ਜਾ ਸਕਦੇ ਆ ਮੇਨ ਜੇ ਮੈਂ ਗੱਲ ਕਰਾਂ ਇਹ ਸਾਡੇ ਕੋਲ ਜਿਹੜੀ ਤਿੰਨ ਚੀਜ਼ਾਂ ਮੋਸਟਲੀ ਪੁੱਛੀਆਂ ਜਾਂਦੀਆਂ ਨੇ ਉਹ 12 ਨਾਨਕਦੇਵ ਜੀ ਦੀਆਂ ਠੀਕ ਹੈ ਜੀ ਕਿਹੜੀਆਂ ਵਾਰਾਂ ਨੇ ਪਹਿਲੀ ਵਾਰ ਉਹਦੀ ਹੈਗੀ ਆ ਆਸਾਦੀ ਵਾਰ ਕਿਆ ਜਾਂਦੀ ਹੈ ਸਾਡੇ ਕੋਲ ਮਾਜ ਦੀ ਵਾਰ ਤੇ ਲਾਸਟ ਤੇ ਆ ਜਾਂਦੀ ਸਾਡੇ ਕੋਲ ਮਲਾਰ ਦੀ ਬਾਜ ਠੀਕ ਈ ਆ ਸਦੀ ਵਾਰ ਦੀ ਆਪਾਂ ਗੱਲ ਕਰੀਏ ਤਾਂ ਇਹ ਟੁੰਡੇ ਅਸਰਜਵਾਰ ਦੀ ਜਿਹੜੀ ਦੀ ਧੂਣੀ ਤਾਂ ਉਹ ਵੀ ਪੌੜੀਆਂ 24 ਪੌੜੀਆਂ ਨੇ ਤੇ 52 ਸ਼ਲੋਕ ਨੇ ਅਗਲੀ ਆ ਦੇਖਿਓ ਕਲੀਅਰ ਹੈ ਜੀ ਅਗੇ ਮਾਜ ਦੀ 왈 ਮਲਕ ਮੁਰੀਦ ਚੰਦਰ ਹੜਾ ਸੋਹੀਆਂ ਦੀ 왈 ਆ ਸਮਾਜ ਮਲਾਰ ਦੀ 왈 ਬਿਲਕੁਲ ਸਹੀ ਜੀ ਪਰ ਆ ਯਾਦ ਰੱਖਿਓ ਕਿਹੜੀ ਧੁਨੀ ਤੇ ਧੁਨੀ ਵਿੱਚ ਕੁਝ ਨਾ ਹੁੰਦਾ ਜੁਰੀਸੀਨੈਂਟ ਦੇ ਵਿੱਚ ਮੋਸਟਲੀ ਆ ਗੱਲ ਯਾਦ ਰੱਖਿਓ ਮਲਕ ਮੁਰੀਦ ਚੰਦਰ ਹੜਾ ਸੋਹੀਆਂ ਦੀ ਵਾਰ ਧੁਨੀ ਇੱਥੇ ਤੇ ਮਾਜ ਦੀ ਵਿੱਚ ਹੈਗੀਆਂ 27 ਪੌੜੀਆਂ ਤੇ 63 ਸ਼ਲੋਕ ਅਗੇ ਮਲਾਰ ਦੀ ਵਾਰ ਆ ਗਈ ਸਾਡੇ ਕੋਲ ਇਹ ਹੈਗੀ ਹੈ ਰਾਣੇ कैलाश मालदे दी तूनी ते का देश है ठीक है जी आ गल याद रखिए मीन मीन ਹੋਰ ਕੋਈ ਕੁਛ ਨਹੀਂ ਹੈਗਾ ਤੁਹਾਡੇ ਨਾਲ ਦੀ ਨਾਲ ਪੁੱਛ ਸਕਦੇ ਹੋ ਬਾਕੀ ਗੁਰੂ ਅੰਗਦ ਦੇਵ ਜੀ ਬਾਰੇ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਨਾ ਹੁਣ ਮੇਨ ਮੇਨ ਗੱਲਾਂ ਮੈਂ ਤੁਹਾਡੇ ਨਾਲ ਦੱਸਣੀਆਂ ਚਾਹੁੰਦਾ ਉਹ ਕਿਹੜੀਆਂ ਕਿਹੜੀਆਂ ਕਿ ਆਹ ਦੇਖੋ ਕੋੜੀਆਂ ਸੱਦ ਕਰ ਹਲੇ ਇੱਕ ਗਰੁੱਪ ਰੰਸ ਹੈ ਆਪ ਦੇ ਵਿੱਚ ਬਾਣੀ ਦੇ ਵਿੱਚ ਲੋਕ ਕਾਵਿ ਗੀਤ ਨੇ ਲੋਕ ਕਾਵ ਰੂਪ ਨੇ ਸੌਰੀ ਗੀਤ ਨਹੀਂ ਰੂਪ ਲੋਕ ਕਾਵ ਰੂਪ ਨੇ ਘੋੜੀਆਂ ਸੱਦ ਕਰ ਹਲੇ ਠੀਕ ਹੈ ਜੀ ਤੇ ਗੁਰਮਤ ਕਾਵ ਦਾ ਮੁੱਖ ਆਧਾਰ ਹੈ ਗੁਰਮਤ ਕਾਵ ਦਾ ਜਿਹੜਾ ਆਧਾਰ ਹੈ ਉਹ ਕੀ ਹੈ ਆਧਾਰ ਦੇਖ ਲਓ ਇੱਕ ਵਾਰੀ ਇਹ ਹੈਗਾ ਹੈ ਰਿਹਸ అనుਪਵ ਆ ਜ਼ਰੂਰ ਪੁੱਛਿਆ ਜਾਂਦਾ ਜੂ ਸੀਨੈਟ ਦੇ ਵਿੱਚ ਨੈਤਿਕਤਾ ਠੀਕ ਹੈ ਜੀ ਪਰਮਾਰਥ ਚੇਤਨਾ ਆਹ ਗੱਲ ਯਾਦ ਰੱਖਿਓ ਠੀਕ ਹੈ ਜੀ ਫਿਰ ਅੱਗੇ ਹੈਗਾ ਹੈ ਅੱਗੇ ਹੈਗਾ ਆ ਯਾਦ ਰੱਖਿਓ ਬੇਰਹੜੇ ठीक है जी कुचि सुचजी गुणवंती लोक मुहावरा आधारित मुहावरा आधारित बाणी रूप हैं ਆਹ ਗੱਲ ਨੋਟ ਕਰ ਲਓ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਨ ਜੈਸ ਨੂੰ ਬੱਚੇ ਨਾਲ ਦੀ ਨਾਲ ਛੇਰ ਵੀ ਕਰ ਦੋ ਬਾਕੀ ਅਜ ਨੈਪ ਤਹਿਸੀਲਦਾਰ ਦੇ ਤੇ ਦੂਜੇ ਉਹਦੇ ਅ ਸਟੋਰ ਤੇ ਲਾਈਵ ਹੋ ਗਏ ਨੇ ਬੈਚ ਤੁਸੀਂ ਉਹ ਲੈ ਸਕਦੇ ਹੋ ਠੀਕ ਹੈ ਜੀ ਉਹ ਬੈਚ ਤੁਸੀਂ ਲੈ ਸਕਦੇ ਹੋ ਅੱਗੇ ਹੈਗਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗਬੱਦ ਬਾਣੀ ਜਿਹੜੀ ਹੈਗੀ ਨਾ ਰਾਗ ਬਦ ਬਾਣੀ ਹੈਗੀ ਆ 14 ਨੰਬਰ ਤੋਂ ਲੈ ਕੇ 1352 1352 ਪੰਨੇ ਤੱਕ ਆ ਜਿਆ ਅੰਗ ਠੀਕ ਹੈ ਜੀ ਆਪ ਯਾਦ ਰੱਖਿਓ ਥੋੜੀ ਜੀ ਅੱਗੇ ਬਸੰਤ ਪੱਟੀ ਦੀ ਜਿਹੜੀ ਬਾਣੀ ਨਾ ਪੱਟੀ ਪੱਟੀ ਕਿੰਨੇ ਕਿੰਨੇ ਲਿਖੀ ਪਹਿਲਾਂ ਦੱਸਿਓ ਮੈਨੂੰ ਪੱਟੀ ਪੱਟੀ ਬਾਣੀ ਜਿਹੜੀ ਆ ਉਹਦਾ ਆਰੰਭ ਕਿੱਥੋਂ ਹੁੰਦਾ ਹੈ ਸਸੇ ਤੋਂ ਹੁੰਦਾ ਹੈ ਸਸੇ ਅੱਖਰ ਤੋਂ ਹੁੰਦਾ ਹੈ ਆ ਗੱਲ ਯਾਦ ਰੱਖਿਓ ਠੀਕ ਹੈ ਜੀ ਅੱਗੇ ਜੇ ਮੈਂ ਗੱਲ ਕਰਾਂ ਬਸੰਤ ਦੀ ਵਾਰ ਸਭ ਤੋਂ ਛੋਟੀ ਵਾਰ ਹੈ ਬਸੰਤ ਦੀ ਵਾਰ ਸਭ ਤੋਂ ਛੋਟੀ ਵਾਰ ਹੈ ਆ ਇੰਪੋਰਟੈਂਟ ਨੇ ਨਾ ਜੇ ਤੁਹਾਨੂੰ ਡਾਇਰੈਕਟ ਕੁਐਸਚਨ ਆ ਜਾਣੇ ਆ ਠੀਕ ਹੈ ਜੀ ਸਸਿਕਾਲ ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ। ਔਰ ਅਧਿਆਤਮਕ ਵਾਰਾਂ ਕਿੰਨੀਆਂ ਨੇ? ਆਧਿਆਤਮਕ ਵਾਰਾਂ 22 ਨੇ। ਠੀਕ ਹੈ ਜੀ। ਹਾਂ 1400 ਤੀਜੰਗ ਠੀਕ ਹੈ ਜੀ। ਮੈਂ ਗੱਲ ਕਰ ਰਾਹ ਰਾਗਬਦ ਬਾਣੀ ਹੈਗੀ 14 ਨੰਬਰ ਤੋਂ ਲੈ ਕੇ 1352 ਨੰਬਰ ਤੱਕ ਰਾਗਬਦ ਗਾਣੀ ਆ। ਪਹਿਲਾ ਰਾਗ ਹੈਗਾ ਸ਼੍ਰੀ ਰਾਗ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਪੰਜ ਖੰਡਾਂ ਦੀ ਪੰਜ ਖੰਡਾਂ ਬਾਰੇ ਗੱਲ ਕੀਤੀ ਗਈ ਹੈ ਠੀਕ ਹੈ ਜੀ ਕਿਹੜੇ ਕਿਹੜੇ ਪੰਜ ਖੰਡ ਬਾਰੇ ਗੱਲ ਕੀਤੀ ਗਈ ਹੈ ਧਰਮ ਗਿਆਨ ਠੀਕ ਹੈ ਜੀ ਧਰਮ ਗਿਆਨ ਸ਼ਰਮ ਕਰਮ ਤੇ ਸੱਚਖੰਡ ਆ ਨੋਟ ਕਰ ਲਿਓ ਠੀਕ ਹੈ ਜੀ ਅੱਗੇ ਸੰਤ ਸਿੰਘ ਜਿਹੜੇ ਸਿੰਖੋਂ ਨੇ ਸੰਤ ਸਿੰਘ ਸਿੱਖੋਂ ਉਹ ਕੀ ਕਹਿੰਦੇ ਨੇ ਸੰਤ ਸਿੰਘ ਸੇਖੋਂ ਗੁਰਬਾਣੀ ਨੂੰ ਪਰਾ ਸਾਹਿਤ ਕਹਿੰਦੇ ਨੇ ਜੈ ਜੈਵੰਤੀ ਨਹੀਂ ਹੈ ਮੁੰਧਾ ਨਹੀਂ ਜੈ ਜੈਵੰਤੀ ਰਾਗ ਦੀ ਗੱਲ ਹੋ ਰਹੀ ਹੈ ਇੱਥੇ ਬਿਲਕੁਲ ਸਹੀ ਬਿਲਕੁਲ ਸਹੀ ਬੱਚੇ ਸੈਸ਼ਨ ਨੂੰ ਨਾਲ ਦੀ ਨਾਲ ਸ਼ੇਅਰ ਵੀ ਕਰ ਦਿਓ ਯਾਰ ਸ਼ੇਅਰ ਕਰ ਦਿਓ ਇੱਕ ਵਾਰੀ ਤਾਂ ਜੋ ਸਾਰੇ ਜਿਹੜੇ ਆ ਸਾਡੇ ਨਾਲ ਜੁੜ ਸਕਣ ਪੰਜਾਬ ਵੱਡਾ 247 ਤੇ ਬਿਲਕੁਲ ਵਧੀਆ ਜੀ ਹੋਰ ਵੀ ਬੱਚੇ ਯਾਰ ਤੁਸੀਂ ਲਿਆਇਆ ਕਰੋ ਤੁਸੀਂ ਜਿੰਨੇ ਆ ਰਹੇ ਨੇ ਔਰ ਜਿਹੜੇ ਕਿਸ਼ਨ ਸਿੰਘ ਜੀ ਹੈ ਨਾ ਕਿਸ਼ਨ ਸਿੰਘ ਨੇ ਕਿਤਾਬ ਦੱਸੀ ਸੀ ਮੈਂ ਕਿਹੜੀ ਕਿਤਾਬ ਦਾ ਨਾਮ ਹੈ ਕਿਸ਼ਨ ਸਿੰਘ ਦੀ ਕਿਤਾਬ ਕਿਸ਼ਨ ਸਿੰਘ ਨੇ ਗੁਰਬਾਣੀ ਦੀ ਵਿਆਖਿਆ ਜਿਹੜਾ ਹੈ ਮਨੁੱਖੀ ਪ੍ਰਗਤੀਵਾਦੀ ਦ੍ਰਿਸ਼ਟੀ ਤੋਂ ਕੀਤੀ ਹੈ गुरबाणी व्याख्या मनुखी प्रगतिवादी दृष्टि तो की है ठीक है जी ਪੂਰ ਕਿਸਦਾ ਕੋਈ ਕੁਐਸਚਨ ਹੈ ਤਾਂ ਹਾਂ ਜੈ ਰਵੰਤੀ ਗੁਰੂ ਤੇਗਪਾਦ ਜੀ ਠੀਕ ਹੈ ਜੀ ਆ ਮੈਨਿੰਮ ਜਿੱਦਾਂ ਯਾਦ ਕਰ ਲਓ ਇੱਕ ਵਾਰੀ ਅੱਗੇ ਕਿਤਾਬ ਦਾ ਨਾਮ ਤੁਹਾਨੂੰ ਦੱਸੂਗਾ ਮੈਂ ਉਹ ਧਿਆਨ ਦਿਓ ਜ਼ਰੂਰ ਗੁਰਬਾਣੀ ਵਿਆਕਰਨ ਕਿਦੀ ਲਿਖੀ ਹੋਈ ਹੈ ਪ੍ਰੋਫੈਸਰ ਸਾਹਿਬ ਸਿੰਘ ਦਾ ਪ੍ਰੋਫੈਸਰ ਸਾਹਿਬ ਸਿੰਘ ਠੀਕ ਹੈ ਜੀ ਇਹਨਾਂ ਸਾਹਿਬ ਸਿੰਘ ਨੂੰ ਕੀ ਕਿਹਾ ਜਾਂਦਾ ਹੈ ਗੁਰਬਾਣੀ ਦਾ ਪਾਨਣੀ ਕਿਹਾ ਜਾਂਦਾ ਹੈ ਗੁਰਬਾਣੀ ਵਿਆਕਰਨ ਦਾ ਪਾਨਣੀ ਠੀਕ ਹੈ ਜੀ ਬਿਲਕੁਲ ਸਹੀ ਜੀ ਹਾਂ 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 ਠੀਕ ਹੈ ਜੀ ਅੱਗੇ ਆ ਗਿਆ ਸਿਕ ਗੁਰਬਾਣੀ ਦੀ ਭਾਸ਼ਾ ਤੇ ਵਿਆਕਰਨ ਗੁਰਬਾਣੀ ਦੀ ਭਾਸ਼ਾ ਅਤੇ ਵਿਆਕਰਨ ਇਹ ਕਿਨੇ ਲਿਖੀ ਹੈ ਜੀ ਡਾਕਟਰ ਹਰਕੀਰਤ ਸਿੰਘ ਔਰ ਹਰਕੀਰਤ ਸਿੰਘ ਦਾ ਜਿਹੜੀ ਵਿਆਕਰਨ ਦੇ ਉੱਪਰ ਬਹੁਤ ਜ਼ਿਆਦਾ ਕੰਮ ਆ ਬੱਚੋ ਇਹਨਾਂ ਦਾ ਮੈਂ ਕਹਿੰਨਾ ਕਿ ਕਾਬਿਲ ਤਾਰੀਫ ਹੈ ਇਹਨਾਂ ਦਾ ਕੰਮ ਜਿਹੜਾ ਗੁਰਬਾਣੀ ਦੀ ਭਾਸ਼ਾ ਅਤੇ ਵਿਆਕਰਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਜਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਅੱਗੇ ਆਗਾ ਸਾਡੇ ਕੋਲ ਬਹੁਤ ਜ਼ਿਆਦਾ ਕਿਤਾਬ ਇੰਪੋਰਟੈਂਟ ਹੈਗੀ ਹੈ ਸ਼੍ਰੀ ਗੁਰੂ ਬੋਧਦਰਪਣ ਇਹ ਹੈਗੀ ਆ ਪ੍ਰੋਫੈਸਰ ਬ੍ਰਹਮ ਜਗਦੀਸ਼ 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 ਸਿੰਘ ਦੀ ਕਿਤਾਬ ਹੈ ਕਿਤਾਬਾਂ ਜ਼ਰੂਰ ਨੋਟ ਕਰਿਆ ਕਰੋ ਇੱਕ ਵਾਰੀ ਠੀਕ ਹੈ ਜੀ ਬਹੁਤ ਇੰਪੋਰਟੈਂਟ ਹੁੰਦੀਆਂ ਨੇ ਡਾਇਰੈਕਟ ਕੁਐਸਚਨ ਆ ਜਾਂਦਾ ਤੁਹਾਨੂੰ ਇਹ ਚੋਂ ਅੱਗੇ ਹੈਗਾ ਬਾਣੀ ਸੰਸਾਰ ਬਾਣੀ ਸੰਸਾਰ ਕਿਤਾਬ ਕਿਹਦੀ ਹੈ ਜੀ ਜਗਬੀਰ ਸਿੰਘ ਦੀ ਅੱਗੇ ਸਿੱਖ ਦਰਸ਼ਨ ਏਆਰ ਕੀ ਜੂਰੀਸੀ ਨੈਟ ਦੇ ਵਿੱਚ ਵੀ ਕਿਤਾਬ ਆਈ ਸੀਗੀ ਆਹ ਵਾਲੀ ਕਿਤਾਬ ਪੁੱਛੀ ਗਈ ਸੀ ਸਿੱਖ ਦਰਸ਼ਨ ਹੁਣ ਆ ਜਿਹੜੀ ਕਿਤਾਬ ਸੀਗੀ ਨਾ ਬਰਮ ਇਹ ਰਾਜਸਥਾਨ ਦੇ ਵਿੱਚ ਜਿਹੜਾ ਇੰਸਟੀਟਿਊਸ਼ਨ ਪ੍ਰੋਫੈਸਰ ਦਾ ਐਗਜ਼ਾਮ ਹੋਇਆ ਸੀਗਾ ਨਾ ਉਹਦੇ ਵਿੱਚ ਆਈ ਸੀਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਬੋ ਤਰਪਨ ਉਹ ਯਾਰ ਰਹੀ ਗਿਆ ਦਰਪਨ ਦਰਸ਼ਨ ਸੌਰੀ ਦਰਪਨ 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 ਨਾਣਾ ਹੋਗਾ ਆ ਸਿੱਖ ਦਰਸ਼ਨ ਕਿਹਦੀ ਕਿਤਾਬ ਹੈ ਸ਼ੇਰ ਸਿੰਘ ਦੀ ਲਿਖੀ ਹੋਈ ਹੈ ਜੀ ਠੀਕ ਹੈ ਜੀ ਇਹ ਬਹੁਤ ਇੰਪੋਰਟੈਂਟ ਨੇ ਬਾਣੀ ਸੰਸਾਰ ਜਗਵੀਰ ਬਿਲਕੁਲ ਸਹੀ ਸੋ ਕਿਤਾਬਾਂ ਨੂੰ ਯਾਦ ਕਰਨ ਦਾ ਸੌਖਾ ਤਰੀਕਾ ਪਤਾ ਕੀ ਹੁੰਦਾ ਇਹ ਅਸੀਂ ਕਿੱਦਾਂ ਯਾਦ ਕਰਦੇ ਹਾਂ ਸਪੋਜ਼ ਕਰੋ ਜਗਬੀਰ ਕੋਈ ਮੇਰਾ ਫਰੈਂਡ ਆ ਤੇ ਉਹਦੇ ਨਾਮ ਤੇ ਅਸੀਂ ਨੋਟ ਕਰ ਲਿਆ ਜਗਬੀਰ ਸਿੰਘ ਠੀਕ ਹੈ ਜੀ ਬਾਣੀ ਸੰਸਰ ਵੀ ਉਹਨੇ ਕਿਤਾਬ ਲਿਖੀ ਹੈ ਅੱਛਾ ਬ੍ਰਹਮ ਜਗਦੀਸ਼ ਬ੍ਰਹਮ ਤੋਂ ਬ੍ਰਹਮ ਆ ਗਿਆ ਮਤਲਬ ਤੇ ਬੋਧ ਆ ਗਿਆ ਇਦਾਂ ਆਪਾਂ ਐਡ ਔਨ ਥੋੜੇ ਜੇ ਕਰ ਲਈਏ ਹੁਣ ਹਰਕੀਰਤ ਸਿੰਘ ਦਾ ਇੱਕ ਕੰਮ ਹੈਗਾ ਜਿੱਥੇ ਵਿਆਕਰਣ ਦਾ ਨਾਮ ਆ ਜਾਂਦਾ ਨਾ ਹੋਰ ਤੱਕੇ ਬੰਦੇ ਦਾ ਨਾਮ ਯਾਦ ਨਾ ਆਏ ਸਿਰਫ ਹਰਕੀਰਤ ਸਿੰਘ ਦਾ ਮਤਲਬ ਕਿ ਵਿਆਕਰਣ ਤਾਂ ਉੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਠੀਕ ਹੈ ਜੀ ਹਾਂ ਬਾਕੀ ਬੱਚੋ ਆਪਣਾ ਉਹ ਲਾਈਵ ਹੋ ਚੁੱਕਿਆ ਬੈਚ ਤੁਸੀਂ ਲੈ ਸਕਦੇ ਹੋ ਉਹਦਾ ਨੈਪ ਤਹਿਸੀਲਦਾਰ ਦਾ ਤੇ ਤੁਸੀਂ ਜ਼ਰੂਰ ਇੱਕ ਵਾਰੀ ਵਿਜ਼ਿਟ ਕਰ ਦਿਓ ਬਾਕੀ ਜਿਨ੍ਹਾਂ ਨੇ ਮਹਾਪੈਕ ਨਹੀਂ ਲਿਆ ਮਹਾਪੈਕ ਲੈ ਲਓ ਮਹਾਪੈਕ ਲੈ ਲਓ ਸਾਰੇ ਜਣੇ Y393 ਕੋਡ ਹੈ ਜੀ ਤੇ 77% ਡਿਸਕਾਊਂਟ ਮਿਲ ਜੂਗਾ ਅਗਰ ਕਿਸੇ ਨੇ ਤੋਡੇ ਚ ਆਲਰੇਡੀ ਨਹੀਂ ਕੋਈ ਲੈਣਾ ਚਾਹੁੰਦਾ ਪੰਜਾਬ ਦਾ ਮਹਾ ਪੈਕ ਤਾਂ ਜਿਹੜੇ ਮੇਨ ਪੈਕ ਆ ਰਹੇ ਨੇ ਉਹ ਤੁਸੀਂ ਦੇਖ ਸਕਦੇ ਕੋਈ ਹੋਰ ਜਿਹੜਾ ਨੀਡੀ ਬੱਚਾ ਹੈ ਉਹਨੂੰ ਰეკਮੈਂਡ ਕਰ ਸਕਦੇ ਹੋ ਬਾਕੀ ਬੱਚੇ ਕਲਾਸ ਦੇ ਵਿੱਚ ਆਪਣੇ ਐਟਲੀਸਟ ਕਲਾਸਮੇਟਸ ਤਾਂ ਲੈ ਕੇ ਆਇਆ ਕਰੋ ਔਰ ਆਪਾਂ ਗੱਲ ਕਰਦੇ ਆ ਲਿਟਰੇਚਰ ਦੀ ਗੱਲ ਕਰਦੇ ਆ ਹੁਣ ਤਾਂ ਆਉਣੇ ਚਾਹੀਦੇ ਫਿਰ ਮੈਨੂੰ ਲੱਗਦਾ ਕਿ ਆਪਾਂ ਦੁਬਾਰਾ ਸ਼ੁਰੂ ਕਰਨ ਜਾ ਰਹੇ ਆ ਫਿਰ ਮੈਂ ਮੰਡੇ ਤੋਂ ਆਈ ਥਿੰਕ ਵਿਆਕਰਨ ਦੀ ਕਲਾਸ ਠੀਕ ਹੈ ਜੀ ਤੋ ਉਹਦੇ ਵਿੱਚ ਸਾਨੂੰ ਵਿਆਕਰਨ ਨੂੰ ਦੁਬਾਰਾ ਪੜਾਉਣਾ ਪੈਗਾ ਇੱਕ ਵਾਰੀ ਬਾਕੀ ਗੁਰਮਤਿ ਸਾਹਿਬ ਦੇ ਵਿੱਚ ਆਪਾਂ ਇਨਕਲੂਡਡ ਮੇਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਰਚਨਾ ਹੈ ਆ ਤੁਸੀਂ ਕੀ ਕਰ ਸਕਦੇ ਤੁਸੀਂ ਆਪਣੀ ਇੰਪਰੂਵਮੈਂਟ ਭਰ ਸਕਦੇ ਹੋ ਅਗਰ 49% ਨਹੀਂ ਬਣੇ ਤੁਸੀਂ ਆਪਣੀ ਇੰਪਰੂਵਮੈਂਟ ਬੱਚੇ ਭਰ ਸਕਦੇ ਹੋ ਤੇ ਉਹਦੇ ਨਾਲ ਕੀ ਹੋਏਗਾ ਕਿ ਤੁਸੀਂ ਤੁਹਾਡੇ ਜਿਹੜੇ 55% ਜਿਹੜੇ ਮਾਰਕਸ ਮਿਨੀਮਮ ਰਿਕੁਆਇਰਮੈਂਟ ਹੁੰਦੀ ਡਿਉਟੀ ਸੀ ਨੈਟ ਦੇ ਲਈ ਉਹ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਹੋਰ ਕਿਸੇ ਦਾ ਕੋਈ ਕੁਐਸਚਨ ਹੈ ਤਾਂ ਮੈਨੂੰ ਪੁੱਛ ਸਕਦਾ ਹੈ ਸਤਿ ਸ਼੍ਰੀ ਅਕਾਲ ਕਮਲ ਜੀ ਬਹੁਤ ਦਿਨਾਂ ਬਾਅਦ ਬੱਚੇ ਆਏ ਅੱਜ ਸਾਡੀ ਕਲਾਸ ਸੋ ਇੱਕ ਵਾਰੀ ਸੈਸ਼ਨ ਨੂੰ ਸ਼ੇਅਰ ਵੀ ਨਾਲ ਦੀ ਨਾਲ ਕਰ ਦਿਆ ਕਰੋ ਬਾਕੀ ਪੰਜਾਬੀ ਸਾਹਿਤ ਜੇ ਆਪਾਂ ਗੁਰਮੁਖ ਸਾਹਿਬ ਦੀ ਜੇ ਮੈਂ ਗੱਲ ਕਰਾਂ ਤਾਂ ਇਹਦਾ ਮੇਨ ਮੇਨ ਆਧਾਰ ਆਪਾਂ ਨੂੰ ਬ੍ਰਹਮ ਆਪਣਾ ਆਧਾਰ ਪਤਾ ਹੋਣਾ ਚਾਹੀਦਾ ਨਾ ਕਿ ਨੈਤਿਕਤਾਵਾਦ ਹੋ ਗਿਆ ਰਸਵਾਦ ਹੋ ਗਿਆ ਇਹ ਚੀਜ਼ਾਂ ਯਾਦ ਹੋਣੀਆਂ ਚਾਹੀਦੀਆਂ ਸਿੱਧੀਆਂ ਡਾਇਰੈਕਟ ਕੁਐਸਚਨ ਆਉਂਦੇ ਨੇ ਜੂਸੀ ਨੈਟ ਦੇ ਵਿੱਚੋਂ ਤੇ ਨਾਲ ਦੀ ਨਾਲ ਜਿਵੇਂ ਗੱਲ ਕਰਾਂ ਤੁਹਾਡੇ ਨਾਲ ਮਾਸਟਰ ਕੈਡਰ ਬਾਰੇ ਤੇ ਮਾਸਟਰ ਕੈਡਰ ਦੇ ਵਿੱਚ ਵੀ ਤੁਹਾਨੂੰ ਡਾਇਰੈਕਟ ਕੁਐਸਚਨ ਪੁੱਛੇ ਜਾਣਗੇ ਬਾਕੀ ਮੈਂ ਸੈਸ਼ਨ ਵੀ ਲੈ ਲੂੰਗਾ ਇੱਕ ਦਿਨ ਕਿ ਸਿਲੇਬਸ ਕੀ ਹੈ ਮਾਸਟਰ ਕੈਡਰ ਦਾ ਪੰਜਾਬੀ ਦਾ ਠੀਕ ਹੈ ਜੀ ਸੋ ਐਦਾਂ ਹੀ ਬਣੇ ਲਓ ਸਾਡੇ ਨਾਲ ਪੰਜਾਬ ਵੱਡਾ 247 ਦੇ ਉੱਪਰ ਸੋ ਹੋਰ ਕਿਸੇ ਦਾ ਕੋਈ ਕੁਐਸਚਨ ਹੈ ਤਾਂ ਮੈਨੂੰ ਪੁੱਛ ਸਕਦਾ ਹੈ ਬਾਕੀ ਯੂਜ਼ ਕੋਡ Y393 ਕੋਡ ਯੂਜ਼ ਨਾਲ ਤੁਹਾਨੂੰ 77% ਡਿਸਕਾਊਂਟ ਮਿਲ ਜੂਗਾ ਠੀਕ ਹੈ ਆ ਤੁਸੀਂ ਦੇ ਹਾਂ ਤੁਸੀਂ ਇਹ ਕਰ ਲਓ ਤੁਸੀਂ ਸਲੂਸ਼ਨ ਤੁਹਾਡਾ ਇਹੀ ਹੈ ਬੱਚੇ ਕਿ ਤੁਸੀਂ ਯੂਨੀਵਰਸਿਟੀ ਜਿਹੜੀ ਤੋਂ ਕਰ ਰਹੇ ਹੋ ਤਾਂ ਤੁਸੀਂ ਇੰਪਰੂਵਮੈਂਟ ਪਾਪਨੀ ਭਰ ਸਕਦੇ ਹੋ ਇੰਪਰੂਵਮੈਂਟ ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਆਪਣਾ ਜਿਹੜਾ ਐਗਜ਼ਾਮ ਦਿੱਤੇ ਨੇ ਉਹ ਦੁਬਾਰਾ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਸਬਜੈਕਟ ਤੁਹਾਡੇ ਨੰਬਰ ਘੱਟ ਨੇ ਤੁਸੀਂ ਇੰਪਰੂਵਮੈਂਟ ਭਰ ਸਕਦੇ ਹੋ ਤੁਹਾਡੇ ਕੋਲ ਰਾਈਟ ਹੈ ਤਾਂ ਯੂਨੀਵਰਸਿਟੀ ਵੀ ਆਈ ਥਿੰਕ 6 ਮਹੀਨੇ ਜਾਂ ਫਿਰ ਸਾਲ ਚ ਇੱਕ ਵਾਰੀ ਇੰਪਰੂਵਮੈਂਟ ਦੇ ਪੇਪਰ ਕਰਦੀ ਹੈ ਹੋਰ ਕਿਸਦਾ ਕੋਈ ਕੁਐਸਚਨ ਹੈਗਾ हां होजूगी कोई चक्कर नहीं थी टॉडी होजूगी इंप्रूवमेंट ओदा कोई इशू नहीं है इंप्रूवमेंट होजूगी हो और ਕਿਸਦਾ ਕੋਈ ਕੁਐਸਚਨ ਹੈ ਤਾਂ ਮੈਨੂੰ ਪੁੱਛ ਸਕਦਾ ਹੈ ਨਾਲ ਦੀ ਨਾਲ ਔਰ ਇੱਕ ਵਾਰੀ ਯਾਰ ਰეკਮੈਂਡ ਕਰੋ ਆਪਣੇ ਜਿੰਨੇ ਵੀ ਸਟੂਡੈਂਟਸ ਤਾਂ ਉਹਨਾਂ ਨੇ ਇੱਕ ਵਾਰੀ ਜ਼ਰੂਰ ਦੱਸੋ ਇਸ ਬਾਰੇ ਕਿ ਪੰਜਾਬ ਵੱਡਾ 24/7 ਤੁਹਾਡੇ ਲਈ ਫ੍ਰੀ ਆਫ ਮਾਸਟਰ ਕਲਾ ਆਪਣੀ ਮਾਸਟਰ ਕੈਡਰ ਦੀ ਤਾਂ ਵਾਈਟੀ ਦੇ ਕਲਾਸਾਂ ਚੱਲ ਰਹੀਆਂ ਨੇ ਤੁਸੀਂ ਜ਼ਰੂਰ ਜੁਆਇਨ ਕਰ ਸਕਦੇ ਹੋ ਬਾਕੀ ਅ ਅਗਰ ਤੁਹਾਡੀ ਕੋਈ ਸੁਜੈਸ਼ਨਸ ਹੈਗੀਆਂ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਬੱਚੇ ਮੈਨੂੰ ਦੱਸ ਸਕਦੇ ਹੋ ਨਾਲ ਦੀ ਨਾਲ ਤੁਹਾਡੇ ਕੀ ਮੇਨ ਟਾਰਗੇਟਸ ਨੇ ਕਿਹੜੇ-ਕਿਹੜੇ ਸਬਜੈਕਟ ਨੂੰ ਤੁਸੀਂ ਪਹਿਲਾਂ ਕਵਰ ਕਰਨਾ ਚਾਹੁੰਦੇ ਹੋ ਕਿਉਂਕਿ ਮੈਨੂੰ ਸੀਗਾ ਕਿ ਆਪਾਂ ਪਹਿਲਾਂ ਲਿਟਰੇਚਰ ਨੂੰ ਜ਼ਿਆਦਾ ਤਵੱਜੋ ਦਿਈਏ ਤੇ ਬਾਕੀ ਆਪਾਂ ਗ੍ਰਾਮਰ ਵੀ ਵਿੱਚ ਹੈਗੀ ਹੈ ਗ੍ਰਾਮਰ ਨੂੰ ਵੀ ਆਪਾਂ ਸਟੱਡੀ ਕਰਾਂਗੇ ਨਾਲ ਦੀ ਨਾਲ ਠੀਕ ਹੈ ਜੀ ਪਹਿਲਾਂ ਆਪਾਂ ਗੁਰਮੇ ਸਾਹਿਬ ਦਾ ਜੀ ਇੰਟਰੋਡਕਸ਼ਨ ਪੜ੍ਹੀਏ ਗੁਰੂ ਨਾਨਕ ਸਾਹਿਬ ਮੋਢੀ ਨੇ ਪਹਿਲਾਂ ਸਿੱਧ ਪਰੰਪਰਾ ਇਨਸਲਾਮ ਬ੍ਰਹਮਵਾਦ ਤੇ ਭਗਤੀ ਸਾਹਿਬ ਇਹਨਾਂ ਚਾਰਾਂ ਤੋਂ ਗੁਰੂ ਸਾਹਿਬ ਨੇ ਸਿੱਖਿਆ ਤੇ ਉਹਨਾਂ ਨਾਲ ਦਵੰਦ ਆਤਮਿਕ ਸੰਬੰਧ ਰੇ ਡਾਇਲੌਗ ਕੀਤੇ ਤੇ ਉਹਨਾਂ ਦੇ ਵਿੱਚ ਜੋ ਅਨੁਭਵ ਆਇਆ ਤੇ ਉਹ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਵੀ ਲਿਖਿਆ ਠੀਕ ਹੈ ਜੀ ਬੱਚੇ ਇੰਪਰੂਵਮੈਂਟ ਕੋਈ ਵੀ ਪੜ ਸਕਦਾ ਸ਼ਾਇਦ ਹੁਣ ਕੋਈ ਪਾਲਿਸੀ ਚੇਂਜ ਹੋਗੀ ਹੋਏ ਪਰ ਨਹੀਂ ਤੁਸੀਂ ਇੰਪਰੂਵਮੈਂਟ ਦੇ ਸਕਦੇ ਸਪੋਜ਼ ਕਰੋ ਕਿ ਮੇਰੇ ਗ੍ਰੈਜੂਏਸ਼ਨ ਦੇ ਵਿੱਚ ਨੰਬਰ ਘਟਨੇ ਤੇ ਅੱਜ ਜੇਕਰ ਮੈਂ ਚਾਹਨਾ ਕਿ ਅੱਜ ਦੇ ਜਮਾਨੇ ਤੁਹਾਨੂੰ ਪਤਾ ਕਿ ਜੇ 2014 ਦੀ ਗੱਲ ਕਰੀ ਤਾਂ ਨੰਬਰ ਬਹੁਤ ਘੱਟ ਆਉਂਦੇ ਸੀ ਤੇ ਅੱਜ ਤਾਂ ਨੰਬਰ ਬਹੁਤ ਜ਼ਿਆਦਾ ਦੇ ਰਹੇ ਹਨ ਯੂਨੀਵਰਸਿਟੀ ਦਾ ਉਹਨਾਂ ਦੇ ਪੈਟਰਨ ਚੇਂਜ ਹੋ ਗਿਆ ਸੈਮੈਸਟਰ ਹੋ ਗਿਆ ਤਾਂ ਮੈਂ ਇੰਪਰੂਵਮੈਂਟ ਦੇ ਸਕਦਾ ਹਾਂ ਆਪਣੀ ਬੱਚੇ ਮੈਨੂੰ ਰਾਈਟ ਹੈ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਨੈਕਸਟ ਕਲਾਸ ਇੰਪੋਰਟੈਂਟ ਹੈ ਬਾਬਾ ਫਰੀਦ ਜੀ ਬਾਰੇ ਅਸੀਂ ਪੜਾਂਗੇ ਠੀਕ ਹੈ ਜੀ ਸੋ ਫਰੀਦਾ ਕਾਲੀ ਜਿੰਨੀ ਨ ਰਾਵਿਆ ਤੌਲੀ ਰਾਵੇ ਕੋਏ ਕਰ ਸਾਈ ਸੁ ਪਰ ਹੜੀ ਰੰਗ ਨਵੇਲਾ ਹੋਏ ਹਨਾ ਸੋ ਕਬੀਰ ਸੌਰੀ ਇਸ ਕਬੀਰ ਦੀ ਗੱਲ ਕਰਾਂ ਭਗਤ ਫਰੀਦ ਬਾਬਾ ਫਰੀਦ ਜੀ ਦੀ ਬਾਣੀ ਦਾ ਇਹ ਸੀਗੇ ਸ਼ੇਖ ਫਰੀਦ ਜੀ ਦੇ ਲਫ਼ਜ਼ ਤੋਂ ਆਪਾਂ ਜਲਦੀ ਤੁਹਾਡੇ ਨਾਲ ਰੂਬਰੂ ਹੁੰਨੇ ਆ ਉਹ ਲੈ ਕੇ ਠੀਕ ਹੈ ਜੀ